पता नहीं कि कर्मा का फल मैं मिलता है, जिन्या दुआवां जिन्या सीसां तुसी सारे दिने हो ना, मैं लगता कि दुनिया का सब तो अमीर आदमी हाँ। अज मैं समराले जाने का मौका मिले, उत्थे सरकारी स्कूल दे विच बच्चियां नाल मेरी छोटियां भैणां नाल जो वार्तालाप किया गलबात किया तो बहुत बच्चियां खुश हुई और उन्होंने वार्म वेलकम जिहड़ा शब्दां दे विच नहीं दस्सिया जा सकता। बच्चों नाल मैं गलबात की, पूरी वीडियो यूट्यूब आ जाएगी, जरूर सुनो। फिलहाल दी घड़ी आ सुनो, पता दे दो टीचर से बाहर ने आ जाओ। मैं देखो भाई, मैं पहली गल दस रहा, मैं हुणी तुहानूं सारिआं नूं सिखाया ना कि अपनी कमाई का भेजना, तां सगन मैनू पै रहा। मैं तुहाडे स्कूल की बेहतरी लिए सगन पा के जा रहा, तो मेरे वल्लों कॉन्ट्रीब्यूशन तुहाडे कोल आ गया। आ जाओ सर, सर आ जाओ। स्कूल दे विच, स्कूल दे विच कमरा बन रहा तुहाडा, तो उस कमरे के छोटी जी सेवा, क्योंकि मैं दिलों यह गल कहना चाहना कि मैं 8 साल के सचिओ जी कभी पैसे नहीं फड़े, ना सगन के रूप च ना सेवा के रूप च। उहदा इक्को ही कारण है, जे मैं पैसे फड़े होंदे ਤਾਂ ਜਿੰਨੀਆਂ ਵੀ ਗੱਲਾਂ ਹੁਣ ਮੈਂ ਤੁਹਾਡੇ ਨਾਲ ਕੀਤੀਆਂ ਕਿਤੇ ਨਾ ਕਿਤੇ ਗੱਲ ਆਉਣੀ ਸੀ ਕਿ ਇੰਨਾ ਸੋਹਣਾ ਬੋਲਦਾ ਰੌਲਾ ਮਾਇਆ ਦਾ। ਮੈਂ ਪੈਸੇ ਨਹੀਂ ਲੈਣਾ ਚਾਹੁੰਦਾ, ਮੇਰੇ ਗੁਰਸਾਹਿਬ ਦੀ ਕਿਰਪਾ ਨਾਲ ਮੈਨੂੰ ਸਿਰਫ ਤੁਹਾਡਾ ਅਸ਼ੀਰਵਾਦ ਚਾਹੀਦਾ। ਪੈਸਾ ਮੇਰੇ ਪਿਓ ਕੋਲ ਬਹੁਤ ਹੈ, ਮੈਨੂੰ ਅਸ਼ੀਰਵਾਦ ਦਿਓ। ਜਿਹੜਾ ਅਸ਼ੀਰਵਾਦ ਹੈ ਉਹ ਪੈਸੇ ਨਾਲ ਮੁੱਲ ਨਹੀਂ ਮਿਲਦਾ। ਅੱਜ ਜਿਹੜੀ ਇਹ ਮਾਂ ਦੀ ਜੱਫੀ ਹੈ, ਇਹ ਮਾਂ ਦਾ ਅਸ਼ੀਰਵਾਦ ਹੈ, 1 ਕਰੋੜ ਰੁਪਇਆ ਦੇ ਕੇ ਵੀ ਨਹੀਂ ਮਿਲਣਾ। ਤਾਂ ਮੇਰੇ ਲਈ ਇਹ ਦੁਆਵਾਂ ਬਹੁਤ ਵੱਡੀਆਂ ਮਾਇਨੇ ਰੱਖਦੀਆਂ ਨੇ, ਔਰ ਬਹੁਤ ਧੰਨਵਾਦ ਮਾਤਾ ਜੀ, ਬਹੁਤ ਧੰਨਵਾਦ। ਪਰਮਾਤਮਾ ਕਰੇ ਇਹੋ ਜਿਹਾ ਪਲੈਤ ਪੁੱਤਰ ਸਾਰਿਆਂ ਦੇ ਘਰ ਘਰ ਹੋਵੇ। ਅਨਮੋਲ ਪੁੱਤਰ ਨੂੰ ਮੇਰੀ ਵੀ ਉਮਰ, ਇਹਨੂੰ ਸ਼ੁਕਰ ਬਹੁਤ ਬਹੁਤ, ਮੇਰੀ ਉਮਰ ਲੱਗ ਜਾ। ਅਰੇ ਤੁਹਾਡਾ ਤੁਹਾਡਾ ਤੰਦਰੁਸਤ ਰਹਿਣਾ ਇਹ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅਸੀਂ ਆਪਣੇ ਲਈ ਦੁਆ ਨਹੀਂ ਮੰਗ ਸਕਦੇ। ਅਗਰ ਇਹ ਮਾਵਾਂ ਦੇ ਹੱਥ ਦੁਆਵਾਂ ਲਈ ਸਾਡੇ ਲਈ ਉੱਡਦੇ ਰਹਿਣ ਤਾਂ ਮੈਨੂੰ ਲੱਗਦਾ ਕਿ ਰੱਬ ਸਾਡੇ ਤੋਂ ਕਦੀ ਨਾਰਾਜ਼ ਨਹੀਂ ਹੋਏਗਾ, ਕਿਉਂਕਿ ਉਹ ਇਹ ਵੀ ਕਹੇਗਾ ਕਿ ਭਰਾਵਾ ਐਸਾ ਥੱਲੇ ਕਿਹੜਾ ਬੰਦਾ ਬੈਠਾ ਜਿਹਦੇ ਲਈ ਰੋਜ਼ ਹੀ ਉੱਤੇ ਫੋਨ ਆ ਜਾਂਦਾ ਕਿ ਰੱਬਾ ਇਹਨੂੰ ਖੁਸ਼ ਰੱਖੀ, ਰੱਬਾ ਇਹਨੂੰ ਖੁਸ਼ ਰੱਖੀ। ਤਾਂ ਸਕੂਲ ਲਈ ਤੁਹਾਡੇ ਛੋਟੀ ਜੀ ਕੰਟਰੀਬਿਊਸ਼ਨ, ਅਤੇ ਬੱਚੋ ਆਪਣੇ ਸਕੂਲ ਨੂੰ ਅੱਗੇ ਲੈ ਕੇ ਜਾਓ। ਬਹੁਤ ਬਹੁਤ ਧੰਨਵਾਦ। ਆ ਜਾਓ ਮੈਮ, ਮੈਨੂੰ ਚੰਗਾ ਲੱਗ ਰਿਹਾ, ਮੈਂ ਵੀ ਖਾੜੀ ਜਾਂਦਾ ਯਾਰ। ਉਹ ਨਹੀਂ ਨਹੀਂ ਪਤਾ, ਤੁਸੀਂ ਟੀਚਰ ਹੋ ਤੁਸੀਂ ਸਾਰੇ। ਫਿਰ ਅੱਜ ਕੀ ਲਿਖਿਆ ਬੱਚੋ? ਕਿਵੇਂ ਅੱਜ ਕਿੰਨੀ ਕੁ ਐਨਰਜੀ ਆ ਫਿਰ? ਰੌਲਾ ਤਾਂ ਸਿੱਖਣ ਦਾ ਦੇਖੋ। ਅਸੀਂ ਸਕੂਲ ਦੇ ਬਾਹਰ ਕੋਈ ਮੁੰਡਾ ਗੇੜੀ ਨਾ ਲਾਵੇ, ਡਾਂਗ ਚੱਕ ਲੈਣੀ। ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ, ਧਿਆਨ ਨਾਲ। ਫੋਟੋਆਂ ਫੋਟੋਆਂ ਮਾਇਨੇ ਨਹੀਂ ਰੱਖਦੀਆਂ, ਮਾਇਨੇ ਰੱਖਦੇ ਜਿਹੜੀਆਂ ਆਪਾਂ ਗੱਲ ਜੇ। ਹਾਂ ਹਾਂ, ਧਿਆਨ ਨਾਲ, ਧਿਆਨ, ਆਰਾਮ ਨਾਲ, ਆਰਾਮ ਨਾਲ, ਆਰਾਮ, ਗਰੁੱਪ ਫੋਟੋ ਕਰ ਲਓ। ਹਾਂ ਬੈਠ ਜਾਓ, ਬੈਠ ਜਾਓ, ਬੈਠ ਜਾਓ, ਬੈਠ ਜਾਓ। अगर तुहानू भी यह वीडियो वधिया लगी तो अगे भी शेयर करो, रीपोस्ट करो, और इहदी पूरी वीडियो जो मैं बच्चों नाल गलबात कीती है वो यूट्यूब पर आ जाएगी, लिंक बायो दे विच है। तो इन्हां दा प्यार सत्कार लई बहुत दिलों धन्यवाद, बहुत धन्यवाद, बहुत धन्यवाद।